हाँ जी हाँ जी पापा जी, मैं वधिया, तुसी दसो। हाँ जी हाँ जी सारे वधिया, मम्मी जी भी वधिया, बस वधिया ही रहिंदे ने, तुहानू पता ही आ। ते पापा इन्ना टाइम हो गया, तुसी मैनू मिलने भी नहीं आए, कदों आना तुसी? नहीं मैनू नहीं पता, तुसी मैनू मिल के जायो जल्दी। हाँ ते मम्मी नू भी कह दे, वह भी नाले आ जाणगे। हाँ जी हाँ जी, कुछ नहीं बस काम कार करके हुनी फ्री हुई सी। ਉਹਨੇ ਬਾਰੇ ਸਰਦਨ ਕੋ ਘਰ ਦਾ ਕੰਮ ਵੀ ਕਰ ਲਿਆ ਕਰੋ ਤੇ ਸਾਡੇ ਨਾਲ ਫੋਨ ਤੇ ਲੱਗੇ ਰਹੇ ਹੋ, ਐਂ ਤੁਹਾਡਾ ਟਾਈਮ ਪਾਸ ਕਿਵੇਂ ਹੋਊਗਾ? ਕੀ ਹੋਇਆ ਮੰਮੀ ਜੀ, ਮੈਂ ਸਾਰਾ ਕੰਮ ਕਰਕੇ ਤਾਂ ਬੈਠੀ ਆ। ਨਾ ਚਾਰ ਰੋਟੀਆਂ ਪਕਾਉਣ ਨਾਲ ਤੂੰ ਕਿੰਨੀ ਕਿਸੀ ਹੋ ਗਈ ਮੈਨੂੰ ਇਹ ਦੱਸ ਪਹਿਲਾਂ। ਰੋਟੀਆਂ ਪਾ ਕੇ ਤੜਕੇ ਸੁੱਟਦਾ ਨਹੀਂ, ਕਦੇ ਪੁੱਛਿਆ ਵੀ ਮੰਮੀ ਰੋਟੀ ਖਾ ਲਈ ਆ ਨਾ? ਮੈਂ ਤੁਹਾਡਾ ਕਿੰਨਾ ਚਿਰ ਕੋ ਹਕੂਲਾ ਕਰੀ ਜਾਊਂਗੀ? ਮੰਮੀ ਜੀ ਤੁਸੀਂ ਮੈਨੂੰ ਕਹਿੰਦੇ ਤਾਂ ਸਹੀ ਕਿ ਮੈਂ ਰੋਟੀ ਖਾਣੀ ਆ, ਫੇਰ ਹੀ ਮੈਂ ਰੋਟੀ ਪਾ ਕੇ ਦੇਣੀ ਸੀ। ਨਾਲੇ ਮੇਰੀ ਪਾਈ ਹੋਈ ਰੋਟੀ ਤੁਸੀਂ ਖਾਂਦੇ ਕਿੱਥੇ ਹੋ? ਕੱਲ ਮੈਂ ਤੁਹਾਨੂੰ ਚਾਹ ਬਣਾ ਕੇ ਦਿੱਤੀ ਸੀ, ਉਹ ਵੀ ਤੁਸੀਂ ਚੱਕ ਕੇ ਡੋਲਤੀ। ਮੈਨੂੰ ਸਮਝ ਚ ਨਹੀਂ ਆਉਂਦਾ ਤੁਸੀਂ ਚਾਹੁੰਦੇ ਕੀ ਹੋ, ਤੇ ਮੈਂ ਡੰਗਰਾਂ ਦਾ ਕੰਮ ਕਿਉਂ ਕਰਾਂ? ਫਿਰ ਮੇਰਾ ਪੜ੍ਹੀ ਲਿਖੀ ਹੋਣ ਦਾ ਫਾਇਦਾ ਵੀ ਕੀ ਹੋਇਆ? ਮੇਰੇ ਘਰਦਿਆਂ ਨੇ ਪਹਿਲੀ ਕਿਹਾ ਸੀ ਨਾ ਹੀ ਮੈਂ ਕਦੇ ਡੰਗਰਾਂ ਦਾ ਕੰਮ ਕੀਤਾ ਤੇ ਨਾ ਹੀ ਮੈਂ ਕਰੂੰਗੀ। ਮੇਰੇ ਮਾਂ ਬਾਪ ਨੇ ਮੈਨੂੰ ਇਸ ਲਈ ਨਹੀਂ ਪੜ੍ਹਾਇਆ। ਅੱਛਾ ਫਿਰ ਤਾਂ ਤੇਰੀਆਂ ਜਿੰਨੀਆਂ ਵੱਡੀ ਬੇਨਤੀਆਂ, ਇਹ ਤਾਂ ਮੇਰੇ ਮੁੰਡੇ ਕੋਲ ਆਪਣੇ ਹੈ ਜਿਹੜੇ ਜਿਹਨੂੰ ਤੇਰੇ ਮਗਰ ਲੱਗਿਆ ਫਿਰਦਾ, ਜੇ ਚੱਜ ਦਾ ਹੁੰਦਾ ਤਾਂ ਉਹ ਫਟ ਪਟ ਕੇ ਕੁਝ ਨਹੀਂ ਸਾਰਾ ਕੰਮ ਕਰ ਦਿੰਦਾ ਉਹ। ਮੈਂ ਤਾਂ ਲੱਸਾਂ ਤੇਰੇ ਵਰਗੇ ਲੱਛਣ ਆਏ ਕਿਤੇ ਦੇਖੇ ਨਹੀਂ ਅਜੇ ਤੱਕ। ਇਸ ਲੱਛਣ ਵਾਲੀ ਕਿਹੜੀ ਗੱਲ ਹੈ ਮੰਮੀ ਜੀ, ਐਡਾ ਕਿਹੜਾ ਗੁਨਾਹ ਕਰਤਾ ਮੈਂ ਜਿਹੜਾ ਤੁਸੀਂ ਮੈਨੂੰ ਲੱਛਣ ਕਹਿ ਰਹੇ ਹੋ? ਨਾਲੇ ਪਹਿਲਾਂ ਤੁਸੀਂ ਜਮਾ ਐਨ ਮੌਕੇ ਤੇ ਕਿਹਾ ਸਾਨੂੰ ਤਾਂ ਜੀ ਇੰਨਾ ਸਮਾਨ ਚਾਹੀਦਾ, ਸਾਨੂੰ ਤਾਂ ਇੰਨੇ ਪੈਸੇ ਚਾਹੀਦੇ ਆ। ਮੇਰੇ ਘਰਦਿਆਂ ਨੇ ਕਿਵੇਂ ਨਾ ਕਿਵੇਂ ਤੁਹਾਡੀਆਂ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ। ਨਾਲੇ ਦੂਜੀ ਗੱਲ, ਵਿਆਹ ਤੋਂ ਪਹਿਲਾਂ ਮੈਂ ਗੱਲ ਖੋਲੀ ਸੀ ਕਿ ਮੈਂ ਵਿਆਹ ਤੋਂ ਬਾਅਦ ਜੌਬ ਕਰੂੰਗੀ, ਤੇ ਹੁਣ ਤੁਸੀਂ ਮੁੱਕਰ ਰਹੇ ਹੋ। ਇਹ ਤੇਰੇ ਵਰਗੀ ਨੌਕਰੀ ਸਰ ਬਣੀ ਹੋਈ ਫਿਰਦੀ ਹੈ, ਐਂ ਤੇਰੇ ਬਿਨਾਂ ਦਾ ਜੌਬ ਵਾਲੇ ਦਫ਼ਤਰ ਵੀ ਨਹੀਂ ਪਏ ਨੇ, ਵੀ ਤੇ ਨਿਊ ਜੌਬ ਵੀ ਲੂਗੀ ਮੈਂ ਤਾਂ ਕੰਮ ਕਰਾਉਂਗੀ ਘਰ ਦਾ ਕੰਮ। ਉਹ ਕੀ ਹੋ ਗਿਆ ਕੰਜਰ, ਕਿਉਂ ਹੋ ਗਿਆ ਸੁੱਤੀ ਚੱਕ ਕੇ ਲੰਨੇ? ਉਹ ਸੁਣ ਤੇ ਬਾਹਰ ਨੱਕਾ ਇਹਨੂੰ ਸਾਹਮਣਾ ਹੈ, ਬਾਕੀ ਮੰਮੀ ਜਿਹੜਾ ਕੋਈ ਦੇਖੀ ਜਾਓ। ਉਹ ਕੀ ਗੱਲ ਹੋ ਗਈ ਦੱਸਤਾ ਲੋ, ਕਿਉਂ ਜਲੂਸ ਕੱਢੇ ਤੁਹਾਨੇ? ਉਹ ਸੁਣ ਦਿਓ ਬਾਹਰ ਤੱਕਾ ਘਰ ਸੁੱਤੀ ਚੱਕ ਕੇ ਤੁਹਾਨੇ ਮਾਰ ਦੋ ਮੈਨੂੰ, ਹੋਰ ਕੀ ਆ? ਚੁੱਪ ਹੌਲੀ ਬੋਲ ਲਿਆ ਕਰੋ, ਦੱਸੋ ਵੀ ਮੈਂ ਹੌਲੀ ਬੋਲ ਕੇ ਕੀ ਕਰੂੰਗੀ? ਇਹਨੂੰ ਵੀ ਕਿਸੇ ਮਿੰਟ ਤੇ ਗੱਲ ਕਰੇ, ਸਾਰੇ ਸਿਰ ਤੇ ਜੜਾ ਰੱਖੀ ਹੈ ਮੈਂ ਤੈਨੂੰ ਦੱਸਾਂ। ਹਾਂ ਜੇ ਤੂੰ ਉਹਦੇ ਨੂੰ ਕੰਟਰੋਲ ਚ ਰੱਖਦਾ ਸੀ ਕੰਟਰੋਲ ਚ ਰਹੀ, ਇਹਦਾ ਸਿਰ ਚ ਗੱਲਿਆ ਕਰਨ ਵਾਲੇ ਕਰ ਰੱਖੀਆਂ ਨੇ ਮੇਰੇ ਵੀ, ਹੁਣ ਤੂੰ ਵੀ ਕਰ ਲੈ। ਮੈਂ ਨਹੀਂ ਮਾਰੀ ਯਾਰ, ਤੁਸੀਂ ਰਹੋ। ਕੀ ਕਹਿੰਦੇ ਮਾਂ ਨੂੰ? ਹਾਂ ਮੈਂ ਹੀ ਗੱਲ ਤਾਂ ਕਰ ਲਈ, ਬਸ ਮੈਂ ਤੈਨੂੰ ਕੀ ਕਿਹਾ, ਉਹ ਸਾਰਾ ਦਿਨ ਬੋਲਦੇ ਰਹਿੰਦੇ ਮੈਨੂੰ। ਤੂੰ ਹੀ ਚਾਬਰ ਚਾਬਰ ਲੱਗ ਰਿਹਾ, ਘੰਟਾ ਘੰਟਾ ਬੋਲਣ ਲੱਗ ਰਿਹਾ ਤੂੰ, ਮੈਂ ਹੀ ਚੁਬਾ ਲਿਆ ਤੈਨੂੰ। ਇਹ ਪਹਿਲੀ ਮਾਂ ਤਾਂ ਚਾਬਰ ਚਾਬਰ ਬਲੋੜਾ ਇਹ ਨੂੰ ਕਦਰਾ ਲੂ ਵੀ ਖਿਆ ਬਲਾ, ਹੁਣ ਮੁੱਕਣ ਲੱਗ ਜਾ, ਇਹ ਡਰਾਮਾ ਨਾ ਕਦਰਾ। ਅਜੇ ਮੈਂ ਖਾਣ ਪੀਣ ਦੇ ਤੱਕ ਹੀ ਕੰਮ ਕਰਦਾ ਹੁੰਦਾ। ਨੀ ਮਾਂ ਰਲ ਮਿਲ ਕੇ ਰਹਿ ਲਿਆ ਕਰੋ, ਥੋੜਾ ਰੋਣ ਲਈ ਸਿਰ ਹੋ ਗਿਆ, ਪਰ ਮਾੜਾ ਭਰਾ ਵਗ ਜਾ ਨਾ, ਇਹਦਾ ਜਿੱਫਾ ਪਾ ਕੇ ਬਹਿ ਜਾਣਗੀਆਂ, ਦੋ ਦਾ ਜੀ ਆਪਾਂ ਆਪ ਜਿੰਨਾ ਡਰ ਕੇ ਮਰ ਜਾਓਗੇ। ਕੰਮ ਕਰਾਂ ਕੀ ਛੋਟਾ ਸਿਆਪਾ ਕਰਾਂ, ਥੋੜਾ ਰੋਣ ਲਈ ਰੰਗੀ ਰੋਣਾ ਹੋ ਗਿਆ। ਮੈਂ ਹੀ ਮਾੜੀ ਹਾਂ ਜਿਹੜੇ ਸਰਦਾਂ ਨੇ ਕੰਮ ਕਰਦੇ ਨੇ ਖਾਉਣ ਥੋੜੇ ਖਾਂਦੀਆਂ, ਆਪਦੀ ਨੂੰ ਸੰਭਾਲ ਕੇ ਰੱਖ, ਮੈਨੂੰ ਤਾਂ ਲੋੜ ਨਹੀਂ, ਮੈਨੂੰ ਤਾਂ ਅੱਡ ਕਰ ਦਿਓ, ਮੈਂ ਤਾਂ ਨੰਗਰ ਵਾਲੇ ਜੇ ਮੰਜੀ ਡਾ ਦਿਓ ਤਾਂ ਉੱਥੇ ਬੈਠੀ ਰਹੂੰਗੀ ਏਰੀਆ ਵਾਲੀ, ਸਮਝ ਗਿਆ? ਮੈਂ ਤੈਨੂੰ ਦੱਸਾਂ ਕਦੇ ਰੋਟੀ ਨਹੀਂ ਪਾ ਕੇ ਫੜਾਈ, ਜੇ ਦੰਡੀ ਆ ਗਿਆ ਕਦੇ ਚਾਹ ਨਹੀਂ ਕਹਿ ਕੇ ਪੀ ਲੈ, ਮੈਂ ਸਾਰੇ ਕੰਮ ਕਰੂੰ ਨੌਕਰਾਂ ਵਾਂਗੂ, ਇਹ ਕੀ ਗੱਲ ਆ? ਕਹਿ ਦਿੰਦੇ ਨੇ ਜਦੋਂ ਮੈਨੂੰ ਕੁੱਖੋ ਹੀ ਲਿਆ ਕੇ ਖਾ।
ਮੈਨੂੰ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ। ਤੁਸੀਂ ਹਮੇਸ਼ਾ ਉਹਨਾਂ ਦੀ ਸੁਣ ਕੇ ਮੇਰੇ ਸਿਰ ਤੇ ਕਿਉਂ ਚੜਦੇ ਹੋ? ਕਦੇ ਮੇਰੀ ਵੀ ਸੁਣ ਲਿਆ ਕਰੋ। ਐ ਤੁਸੀਂ ਤਾਂ ਉਹਨੇ ਨਹੀਂ ਕੱਟਾ ਨਾ ਉਹ ਛੋਟੇ ਬਾਪ ਦੀ ਬਣੇ ਨਾ ਤੂੰ ਵਾਲੇ ਛੋਟਾ ਜੱਪ ਨੇ ਮੇਰੇ ਦਾ ਬੂਆ ਜੇ ਮੈਂ ਕੁਝ ਖਾ ਕੇ ਮਰ ਗਿਆ ਫਿਰ ਨਹੀਂ ਮੁਕਦੀਆਂ। ਇੱਕ ਮਿੰਟ ਖੜਦਾ ਰਹੋ ਮੇਰੀ ਗੱਲ ਨਾ ਸੁਣ ਲਓ। ਇੱਕ ਮਿੰਟ ਮੇਰੀ ਗੱਲ ਨਾ ਸੁਣ ਲਓ। ਮੈਂ ਜਗਰਾ ਕੀ ਕਰਦਾ ਤੈਨੂੰ ਇਹ ਮਰਵਾ ਕੇ ਛੱਡੂਗੀ ਜੈਨ ਕੀ ਹੋ ਰਿਹਾ ਤੈਨੂੰ ਕੀ ਕਹਿ ਰਹੀ ਹੈ ਕਿਉਂ ਭਾਈ ਨੇ ਦੁਖੀਆਂ ਮੰਗਦੇ ਪਈ ਮੇਰੇ ਪੁੱਤੇ ਕਿਉਂ ਮਰਵਾ ਨਹੀਂ ਦੀ ਰੱਬ ਦਾ ਵਾਸਤਾ ਇਹਨੇ ਭੋਲੇ ਨਾ ਬਣਿਆ ਕਰੋ ਬਖਸ਼ ਦੋ ਮੈਨੂੰ। ਦੇਖ ਕਿਵੇਂ ਕੈਂਚੀ ਵਾਂਗੂ ਜਵਾਨ ਚੜਦੀ ਹੈਗੀ ਕਿਸੇ ਨੇ ਬੋਲਣੇ ਸੀਗੇ ਬੋਲਣਾ ਲੱਖਣ ਨਹੀਂ ਦਿੱਤਾ ਹੈਗਾ ਇਹ ਜੀ ਕੋਕੋ ਉਹੀ ਕੋਕੋ ਦੇ ਬੱਚੇ ਬੇੜਾ ਭਾਈ ਇਹਦੇ ਘੰਟੇ ਵਾਲਾ ਇਹਨਾਂ ਨੇ ਮੇਰੇ ਪੱਲੇ ਪਾਈ ਆਏ ਹੈ ਜੀ ਲੈ ਕੇ। ਮੰਮੀ ਦੀ ਖਬਰਦਾਰ ਤੇ ਮੇਰੀ ਮੰਮੀ ਜਿਹੜੀ ਨੂੰ ਕੁਛ ਮਾੜਾ ਬੋਲਿਆ ਨਾ ਉਹਨਾਂ ਨੇ ਕੀ ਬੁਰਾ ਕੀਤਾ ਤੁਹਾਡਾ ਮੈਨੂੰ ਜੋ ਮਰਜ਼ੀ ਬੋਲੋ ਪਰ ਉਹਨਾਂ ਨੂੰ ਕੁਛ ਕਹਿਣ ਦੀ ਲੋੜ ਨਹੀਂ ਸਮਝ ਲੱਗੀ? ਮੇਰਾ ਭੇਜਾ ਚੜ ਗਿਆ ਹੈ ਮੇਰੇ ਤੇ ਕੇਸ ਕਰ ਦੂਗਾ ਕਿਸੇ ਮੈਂ ਜਿਉਂ ਇੰਜਨ ਸਭ ਦੇ ਇਹਨਾਂ ਨੂੰ ਕਿਹਾ ਭਾਈ ਜੀ ਪੂਰਾ ਹੁੰਦਾ ਹੈਗਾ ਹੁਣ ਖਾਨੀ ਕਿੱਧਰ ਨੂੰ ਨਿਕਲ ਗਿਆ ਫੋਨ ਕਰ ਲੈ ਹੁਣ ਸਾਰੇ ਲੱਗੀ ਰਹਿਣੀ ਹੈ ਨਵੀ ਜ਼ਹਿਰ ਵਰਗੀ ਪਈ ਹੈ ਉਹ ਜੱਗਿਆ ਅੰਗਰੇਜ਼ੀ ਕਿਵੇਂ ਦੇਸੀ ਬਾਰਕੀ ਆ ਵੇ ਓਏ ਜਾਗਰਾ ਉਹ ਤੂੰ ਤਾਂ ਪਤੰਦਰਾ ਈਦ ਵਾਲਾ ਚੰਦੇ ਹੋ ਗਿਆ ਵਿਆਹ ਕਰਾ ਕੇ ਮਾਂਗਰੋ ਮਿਲੀ ਗਈ ਯਾਰ ਤੂੰ ਉਹ ਕੀ ਦੱਸਾਂ ਮੈਂ ਤਾਂ ਵਿਆਹ ਕਰਾ ਕੇ ਪੁੱਛਣਾ ਡੋਲਾ ਕਰਾ ਕੇ ਇੰਨਾ ਤੰਗ ਹੋ ਰਿਹਾ ਨਾ ਛੱਡ ਦੇ ਗੱਲਾਂ ਬਈ ਉਹ ਭਰਜਾਈ ਦੇ ਕੀ ਹਾਲ ਚਾਲ ਨੇ ਠੀਕ ਠਾਕ ਹੈ ਉਹ ਕਿਹੜੀ ਭਰਜਾਈ ਹੈ ਘਰੇ ਕੰਜਰ ਕਲੇਸ਼ ਰਹਿੰਦਾ ਯਾਰ ਨਾ ਮਾਂ ਘੱਟ ਹੈ ਨਾ ਉਹ ਘੱਟ ਹੈ ਯਾਰ ਜਾਣ ਔਖੀ ਹੋ ਰਹੀ ਹੈ ਮੇਰੇ ਤਾਂ ਅੱਗੇ ਬਹੁਤ ਬਈ ਉਹ ਮੇਰੀ ਗੱਲ ਸੁਣ ਜਾਗਰਾ ਤੈਨੂੰ ਮੈਂ ਪਹਿਲਾਂ ਬਥੇਰਾ ਸਮਝਾਇਆ ਦੀ ਵੀ ਬਈ ਆਪਦਾ ਦੇਖ ਕੇ ਕਰਾਈ ਜਿਹੜਾ ਵਿਆਹ ਬੂ ਵਾਲਾ ਪੰਗੇ ਹੁੰਦੇ ਨੇ ਇਹ ਬਹੁਤ ਜ਼ਿਆਦੇ ਤੈਨੂੰ ਮੈਂ ਕਿਹਾ ਦੀ ਘੱਟ ਪੜ੍ਹੀ ਲਿਖੀ ਰਹਿ ਲਈ ਉਹ ਤਾਂ ਤੂੰ ਕਹਿੰਦਾ ਮੈਂ ਚੰਗੀ ਪੜ੍ਹੀ ਲਿਖੀ ਲੂੰ ਐਮ ਏ ਵਾਲੀ ਆਹ ਦੇਖ ਲਾ ਫਿਰ ਹੁਣ ਐਮ ਏ ਵਾਲੀ ਇਹ ਤਾਂ ਬਈ ਹੁਣ ਤੈਨੂੰ 200 ਕੱਟਣਾ ਪਊ ਜਾ ਐਂ ਕਰ 5-7 ਧਰ ਦਿਆ ਕਰ 5-7 ਉੱਡਦੀ ਦੇ ਧਰਿਆ ਕਰ 5-7 ਬੈਂਦੀ ਦੇ ਧਰਿਆ ਕਰ ਇਹ ਜਿਹੜੀ ਤੀਵੀਂ ਜਾਤ ਆ ਨਾ ਇਹ ਨਹੀਂ ਕਿਸਦੀ ਗੱਲ ਮੰਨਦੀ ਹੁੰਦੀ ਇਹ ਤਾਂ ਐਂ ਚਾਪੜਿਆਂ ਵਾਲੇ ਲੋਟ ਆਉਂਦੀ ਹੁੰਦੀ ਹੈ ਗੱਲ ਤਾਂ ਤੇਰੀ ਸਿਆਣੀ ਜੱਗਿਆ ਐਂ ਕਰਨਾ ਪਊ ਮੈਨੂੰ ਬਈ ਆਹ ਪਹਿਲਾਂ ਮੇਰੇ ਵਾਲੀ ਵੀ ਐਂ ਕਰਦੀ ਹੁੰਦੀ ਨਵੀਂ ਨਵੀਂ ਆਈ ਇੱਧਰੋਂ ਚੱਕ ਕੇ ਕੌਲੀ ਇੱਧਰ ਮਰੀ ਇੱਧਰੋਂ ਚੱਕ ਕੇ ਗਲਾਸ ਇੱਧਰ ਮਰਿਆ ਫਿਰ ਮੈਨੂੰ ਲੱਗਿਆ ਪਤਾ ਕਿਸੇ ਨੇ ਦਿੱਤੀ ਸਲਾਹ ਕਹਿੰਦੇ ਐਂ ਨਹੀਂ ਇਹ ਸੂਤਾਂ ਦੀ ਮੈਨੇ 5-7 ਠੋਕਿਆ ਕਰਾਂ ਚਾਪੜੇ ਉਹਦਾ ਬਸ ਜੇ ਇਹਨੇ ਕੁਛ ਗਲਤੀ ਕਰਨਾ ਨਾ ਕਰਨਾ ਤੀਜੇ ਦਿਨ 4-5 ਲਾਏ ਦੇਵੇ ਇੰਨੇ ਚ ਸੈੱਟ ਰਹਿੰਦੀਆਂ ਨੇ ਇਹ ਹੁਣ ਦੇਖ ਲੈ ਮੇਰੇ ਲਈ ਜਮਾਂ ਤੀਰ ਵਾਂਗੂ ਚੱਲਦੀ ਆ ਮਾਂ ਗੱਲ ਤੇਰੀ ਸਿਆਣੀ ਹੈ ਮੈਨੂੰ ਵੀ ਇਹੀ ਕੁਛ ਕਰਨਾ ਪਊਗਾ ਉਹੀ ਕੰਮ ਹੈ ਚੱਕ ਕੇ ਕੌਲੀ ਇੱਧਰ ਮਾਰੀ ਚੱਕ ਕੇ ਕੌਲੀ ਇੱਧਰ ਮਾਰੀ ਮਾਂ ਨਾਲ ਲੜੀ ਜਾਂਦੀ 24 ਘੰਟੇ ਯਾਰ ਕੰਮ ਮੈਂ ਜਾਂਦਾ ਘਰੇ ਨਾ ਰੋਟੀ ਪੁੱਛੇ ਨਾ ਚਾਹ ਪੁੱਛੇ ਯਾਰ ਦੁੱਖ ਬਹੁਤ ਦੁਖੀ ਹੋ ਰਿਹਾ ਬਾਈ ਮੈਂ ਤਾਂ ਬਹੁਤ ਜ਼ਿਆਦਾ ਕੰਮ ਧੰਦਾ ਵੀ ਨਹੀਂ ਕਰਦੀ ਕਿਹੜਾ ਕੰਮ ਧੰਦਾ ਚੱਕ ਕੇ ਲਾ ਕੇ ਬੈੱਡ ਦੇ ਬਹਿੰਦੀ ਏਸੀ ਲਾ ਕੇ ਯਾਰ ਓਏ ਪੜਾਕੂਆਂ ਜਿਹੀਆਂ ਹੁੰਦੀਆਂ ਨੇ ਜਾਗਰਾ ਓਏ ਇਹ ਕੰਮ ਦਾ ਤੋੜਦੀਆਂ ਡੱਕਾ ਇਹਨਾਂ ਨੂੰ ਐਂ ਹੁੰਦਾ ਵੀ ਕਬੀਲਦਾਰੀ ਸਾਨੂੰ ਸੰਭਾ ਦੇਣਾ ਓਏ ਮਾਣੀ ਕੰਡੇ ਵਿੱਚੇ ਨੇ ਓਏ ਜ਼ਿਆਦਾ ਪੜ੍ਹੀ ਲਿਖੀ ਲੈਲੀ ਜੱਗੇ ਤੈਨੂੰ ਪਤਾ ਮੈਂ ਕਾਹਨੂੰ ਜਜ਼ਾ ਲੈਂਦਾ ਸੀ ਜਾਗਰਾ ਤੂੰ ਬੋਲ ਨਾ ਮਾਰੋ ਤੂੰ ਕਿਹੜਾ ਨਿਆਣਾ ਸੀ ਉਦੋਂ ਤੂੰ ਵੀ ਤਾਂ ਸਿਆਣਾ ਪੈਣਾ ਸੀ ਤੂੰ ਪਹਿਲਾਂ ਦੇਖ ਲੈਂਦਾ ਇੰਨੀ ਪੜ੍ਹੀ ਹੋਈ ਲਿਖੀ ਲੈਣ ਦੀ ਕੀ ਲੋੜ ਦੀ ਜਾਗਰਾ ਤੂੰ ਲੈ ਲੈਂਦਾ ਕੋਈ 5-4 ਦੇਖ ਕੇ ਆਪਦੇ ਲੇਵਲ ਦੀ ਮਰਾਰਾ ਲੈ ਫਿਰ ਭਾ ਮੋਟਾ ਜਿਹਾ ਪੈ ਕੇ ਫਿਰ ਦੇਖੀ ਝਟਾ ਭਾ ਯਾਰ ਮੇਰਾ ਸੋਚ ਲੱਗ ਰਹੀ ਆ ਭਾ ਮੋਟਾ ਜਿਹਾ ਪੈ ਕੇ ਭਾ ਕਰਦੀ ਗੱਡੀ ਵਧੀਆ ਲੈਂਦੀ ਫਿਰ ਹੈਨਾ ਉਹ ਇਹਦਾ ਕੋਈ ਮਿੱਤਰ ਪਿਆਰਾ ਦੇ ਗਿਆ ਸੀ ਪਹਿਲਾਂ ਉਹ ਮੇਰੇ ਲਵੇ ਪਈ ਤੀ ਉਹ ਮੈਨੂੰ ਕਹਿੰਦਾ ਯਾਰ ਦੇ ਦੇ ਭੋਰਾ ਮੈਂ ਉਹਨੂੰ ਦੇਤੀ ਹੁਣ ਆ ਅਗਲਾ ਆਪਦਾ ਲਾਂਬਾ ਤਾਰ ਗਿਆ ਬਈ ਉਹ ਸਹੀ ਗੱਲ ਹੈ ਨਾ ਕਿਸੇ ਨੂੰ ਸ਼ੱਕ ਨਹੀਂ ਹੁੰਦਾ ਅਜੇ ਬਾਰਕੀ ਹੈ ਨਾ ਲੈ ਤੂੰ ਮੋਟਾ ਜਿਹਾ ਲਾ ਪੈਗ ਦਬੇ ਦੋਵੇ ਨਹੀਂ ਕਰਦੇ ਜਨਾਨੀ ਜਾਤ ਤੋਂ ਇਹਦਾ ਫੇਰਦਾ ਰਵੇ ਹੱਥ ਉੱਤੇ ਇਹਦਾ ਆਪੇ ਲੋਟ ਲਾਟ ਹੋ ਜਾਂਦੀਆਂ ਨੇ ਮੈਂ ਅੱਜ ਹੀ ਦੇਖਦਾ ਝੱਟਾ ਮੈਨੂੰ ਪਾਣੀ ਫੜਾ ਕੇ ਨਾ ਮੇਰਾ ਮਨ ਬਹੁਤ ਦੁਖ ਹੋ ਰਿਹਾ ਚੱਕੇ ਸ਼ੇਰ ਬਣ ਸ਼ੇਰ ਮਣੀ ਮੋਟੀ ਕਰੇ ਲੂਰ ਪਲੇਸ ਦਾ ਨਾ ਦਿਲ ਤੇ ਨਹੀਂ ਲਾਇਆ ਕਰਦੇ ਬੋਲਿਆ ਬੰਦਿਆ ਐਨ ਜੇ ਤੜੀ ਰੱਖੇਗਾ ਤਾਂ ਹੀ ਟਿੱਕ ਕੇ ਰਹੂ ਅੱਜ ਜਾਂਦੀ ਮੇਰੀ ਗੱਲ ਪੱਲੇ ਬਣ ਲੈ ਜਾਂਦੀ ਮਾਰ 5-4 ਉਹਦੇ ਗਲ ਚ ਮੈਂ ਤਾਂ ਫਿਰ ਜਾਂਦਾ ਫਿਰ ਘਰਾਂ ਨੂੰ ਭਾਈ ਹਾਂ ਫਿਰ ਤੂੰ ਚੱਲ ਮੇਰੇ ਸਾਹਿਬ ਤੂੰ ਤਾਂ ਲੇਟ ਹੋਵੇਂਗਾ ਹੋਰ ਮੈਂ ਚੱਲਿਆ ਚੱਲ ਚੱਲ ਫਿਰ ਤੂੰ ਚੱਲ ਮੈਂ ਆਇਆ ਕਿਹੜਾ ਜਿਹਾ ਕਿਵੇਂ ਵੀ ਤੇਰੇ ਗਹਿਲੇ ਆਇਆ ਠੀਕ ਹੈ ਬਾਈ ਦੇਖ ਕੇ ਜਾਈ ਨਾਲੇ ਜਾਂਦਾ ਹੋਇਆ ਕੋਈ ਨਾ ਕੋਈ ਨਾ ਨਾਲੇ ਉਹੀ ਬਿਨਾਂ ਗੱਲ ਤੋਂ ਦਵੇ ਦੋਵੇਂ ਨਾ ਕਰ ਖਿੱਚ ਕੇ ਰੱਖਿਆ ਕਰ ਕੰਮ ਨੂੰ ਨਾ ਕੋਈ ਚੱਕਰ ਨਹੀਂ ਅੱਜ ਦੇਖਦਾ ਕੀ ਹੋ ਦੇਖਦਾ ਯਾਰ ਚੁੱਕਨੇ ਤੂੰ ਚੁਕਾ ਦੇ ਘੰਟਾ ਸਾਰੇ ਨੂੰ ਜਾਣ ਸਰ ਕਰ ਲਿਆ ਮੈਂ ਤਾਂ ਕੰਮ ਕਰ ਲਿਆ ਤੂੰ ਆ ਗਈ।
किस्मत माड़ी है मेरी तो मैं करना पौगा काम तो घर नहीं छोड़ सकता हूँ सारे मैं काम उसे पुट के जी छोड़ने मत्था लग गया जीगा मम्मी जी तुम सारा दिन मैं क्यों पुट्ठा बोलते रहने हो मुख की गल तो यह आ कि तुम मैं देखना ही पसंद नहीं करते जी एह जी गल सी फिर मैं ब्याया क्यों इस घर च पहला तो मेरे घर के बड़े चंगे लगते थे हम सारा दिन उन्होंने पुट्ठा बोलते रहने हो उन्होंने बगाड़ा की है थोड़ा अंदर बड़ी बैठी है तू बाहर जाके काम कर ले मैं ना कल्ली रहनी औखी हो लग रही है ऐसे कर दे दे तेनू मैं ਤੁਸੀਂ ਹਮੇਸ਼ਾ ਮੇਰੇ ਸਿਰ ਹੀ ਕਿਉਂ ਚੜੇ ਰਹਿੰਦੇ ਹੋ ਤੁਹਾਨੂੰ ਪਤਾ ਕਿ ਇਸ ਘਰ 'ਚ ਕੀ ਕੀ ਗੱਲਾਂ ਹੁੰਦੀਆਂ ਜਦੋਂ ਤੁਸੀਂ ਘਰੇ ਨਹੀਂ ਹੁੰਦੇ ਮੈਂ ਦੱਸਦੀ ਹਾਂ ਤੁਹਾਨੂੰ ਅਸਲ 'ਚ ਗੱਲ ਕੀ ਸੀ ਇੱਕ ਦਿਨ ਮੇਰੀ ਮੰਮੀ ਕਹਿੰਦੇ ਤੂੰ ਆਪਣਾ ਟੈਸਟ ਕਰਵਾ ਲਾ ਸਾਨੂੰ ਕੁੜੀ ਨਹੀਂ ਸਾਨੂੰ ਮੁੰਡਾ ਚਾਹੀਦਾ ਮੈਂ ਟੈਸਟ ਕਰਾਉਣ ਵਾਸਤੇ ਮਨਾ ਕਰਤਾ ਬਸ ਉਦੋਂ ਤੋਂ ਲੈ ਕੇ ਹੁਣ ਤੱਕ ਮੇਰੇ ਸਿਰੇ ਚੜੇ ਰਹਿੰਦੇ ਸਾਰਾ ਦਿਨ ਉਹ ਨਾ ਮੇਰੇ ਘਰ ਦੇ ਸਿੱਧਾ ਬੋਲਦੇ ਆ ਆਹੋ ਆਹੋ ਜਾਣ ਲਾ ਤੈਨੂੰ ਉਹਦਾ ਮੇਰੇ ਭੱਜ ਤੂੰ ਮੁਸਕਾ ਦੀ ਆਹੋ ਹੋਰ ਬਾਤ ਨਹੀਂ ਕਰਨਾ ਜੇ ਮਾੜੀ ਮੋਟੀ ਕਾਸਾ ਰਹਿੰਦੀ ਹੈ ਹੁਣ ਆ ਕੇ ਖੇਤੋਂ ਆਇਆ ਹੁਣ ਜੇ ਤੂੰ ਚਿੰਬੜ ਜਾ दो बारी सत श्रीकाल ये है माता जनाब मुंडे की ये सारी करता धरता यही है ये नहीं सारा कुछ किया है माता तुम कितने सब कुछ थोड़ी हिम्मत कहने हुई कुड़ी के हाथ चक्कर दी है जनाब ये बनती कार्रवाई करो परचे ना ते ये तंग परेशान बहुत कर रहे हैं माता गड्डी च बैठा गड्डी च बैठा मैं तैनूं चल माता गड्डी च चल माता की गल हो गई बाबे मैनू की पता है आ देख ले किसे बेओदा मेरे पुरुष ने देखा पोनी वाली ने दिखाती
देखो जनाब इन्होंने कुट कुट की हाल करे है कुड़ी का लीर पा रखे ने इलाज करो थाने लेके जाओ फड़ के आ देख लो कुड़ी का हाल बेचारी शरीफ है तिया बड़े नाल करते होंगे ने नंबरदार साहब कुड़ी दे बयान नोट कराओ फिर असीं बनदी कार्रवाई करिए नहीं जी कोई गल नहीं तुसी रहन दो प्लीज इन्हां नूं कुछ ना कहो पापा प्लीज रहन दो नाले मैं सिर्फ सोनू आने लई कहा सी तुसी पुलिस नूं क्यों लैके आए हो बस कर प्रीत पुत तू ऐवें ना बौली बन तैनूं ऐवें नहीं पढ़ाया लिखाया वी तू इन्हां तों छित्तर खांदी फिरे जे तू हुण चुप होगी ना तां अगे वास्ते लोकां नूं होर वी सह मिलूगी इन्हां वर्गे लोकां नूं अपनी अपनी नूहां दीआं नूं किन्ना क तंग करदे होणगे ਜਾਗਰਾ ਹੁਣ ਕੀ ਬਣੂਗਾ ਇਹ ਤਾਂ ਹੁਣ ਲੈ ਕੇ ਜਾਣਗੇ ਹਾੜੇ ਹੂੜੇ ਕੱਢ ਲੈ ਮਾਫੀ ਮੂਫੀ ਮੰਗ ਲੈ ਜੇ ਛੱਡ ਜਾਣਗੇ ਆਪਾਂ ਨੂੰ ਤੇਰੀ ਕੰਡੇ ਵਿੱਚੇ ਹੋਏ ਨੇ ਹੁਣ ਭੁਗਤੀ ਚੱਲ ਆ ਉਹ ਜੋ ਕੁਝ ਕਦਰੇ ਮਰ ਗਿਆ ਜੀ ਜਦੋਂ ਕੁੱਟਣ ਲੱਗੇ ਨੇ ਨਾ ਦੇਖੀ ਦਾੜ ਦਾੜ ਲੱਗੇ ਨੇ ਮੈਸਾ ਕੁੱਟਦੇ ਹੁੰਦੇ ਨੇ ਤੈਨੂੰ ਜੀਣਾ ਨਹੀਂ ਮੈਂ ਹਿਸਾਬ ਨਾਲ ਕੁੱਟਾਂ ਮੈਂ ਤੇਰੇ ਕਰਕੇ ਕੁੱਟੇ ਦੀ ਮੈਂ ਕੰਮ ਨਹੀਂ ਕਰਦੀ ਤੂੰ ਇਕੱਲੀ ਔਖੀ ਹੋਈ ਜਾਂਦੀ ਹੈ ਤੇਰਾ ਦਿਮਾਗ ਨੇ ਕੰਮ ਹੀ ਨਹੀਂ ਕਰਿਆ ਮੇਰੀ ਮਗਰ ਲੱਗ ਗਿਆ ਜਨਾਬ ਮੈਂ ਤੁਹਾਨੂੰ ਸਾਰਾ ਸੱਚ ਦੱਸਦਾ ਜਿਹੜੀ ਬੁੜੀ ਹੈ ਇਹਨਾਂ ਦੀ ਇਹਨਾਂ ਨੂੰ ਕਹਿੰਦੀ ਪਹਿਲਾਂ ਆਪਦਾ ਟੈਸਟ ਕਰਾ ਮੈਨੂੰ ਮੁੰਡਾ ਚਾਹੀਦਾ ਕੁੜੀ ਨਹੀਂ ਚਾਹੀਦੀ ਇਹ ਕੁੜੀ ਨੇ ਮਨਾ ਕਰਤਾ ਉਸੇ ਦਿਨ ਤੂੰ ਕਹਿੰਦੀ ਇਹ ਕੁੜੀ ਨੂੰ ਕੁੱਟਣ ਮਾਰਨ ਲੱਗ ਗਏ ਤੰਗ ਪਰੇਸ਼ਾਨ ਕਰਦੇ ਨੇ ਪਹਿਲਾਂ ਮੁੰਡਾ ਕੁਛ ਨਹੀਂ ਖਾਂਦਾ ਪੀਂਦਾ ਸੀਗਾ ਹੁਣ ਦਾਰੂ ਪੀ ਕੇ ਕੁਛ ਵੀ ਨਹੀਂ ਛੱਡਦਾ ਭੁੱਕੀ ਦੇ ਕੁਛ ਨਹੀਂ ਛੱਡਦਾ ਹੈ ਮੈਂ ਨਹੀਂ ਇੱਥੇ ਆਪਣੀ ਧੀ ਰੱਖਣੀ ਮੈਨੂੰ ਤਾਂ ਸਾਫ਼ ਚਾਹੀਦਾ ਮੈਨੂੰ ਤਾਂ ਉਹਦਾ ਛੁਟਕਾਰਾ ਚਾਹੀਦਾ ਤਾਂ ਜ਼ਾਲਮ ਨਹੀਂ ਜੀ ਜ਼ਾਲਮ ਇਹਨਾਂ ਦੇ ਘਰ ਕੇ ਰਹਿ ਕੇ ਤਾਂ ਸਾਰਾ ਕੰਮ ਖਰਾਬ ਹੈ ਮੈਂ ਨਹੀਂ ਉਰੇ ਆਪਣੀ ਕੁੜੀ ਨੂੰ ਰੱਖ ਸਕਦਾ ਇਹ ਤਾਂ ਬਹੁਤ ਤੰਗ ਪਰੇਸ਼ਾਨ ਕਰਦੇ ਨੇ ਓ ਚਲੋ ਮੁੰਡਾ ਚੱਕੋ ਇਹਨੂੰ ਡੇਕੋ ਵੱਡੀ ਜਾ ਚਲੋ ਬੈਠ ਗੱਡੀ ਜਾ ਕਿਉਂ ਵੀ ਨਹੀਂ ਛੱਡਦਾ ਜੀ ਕਰਮਾ ਤਾਂ ਤੂੰ ਵੀ ਮੇਰਾ ਕੋਈ ਕਸੂਰ ਹੈ ਬੁੜੀ ਲਾ ਮੈਂ ਤਾਂ ਉਹਨਾਂ ਦਾ ਪਹਿਲੀ ਗੋਡੇ ਚੁੱਕਦੇ ਨੇ ਉਹ ਮਾਦਾ ਤੈਨ ਕਰਨ ਤੋਂ ਪਹਿਲਾਂ ਸੋਚਣਾ ਦੀਆ ਤੇਰੇ ਧੀਆਂ ਵਰਗੀ ਆ ਇਹ ਤੂੰ ਨਹੀਂ ਸਮਝਾ ਸਕਦੀ ਤੇ ਆਪਣੇ ਪੁੱਤ ਨੂੰ ਚੱਲ ਬੈਠੋ ਗੱਡੀ ਜਾ ਕੁੜੀ ਆਪਾਂ ਕੱਪੜੇ ਚੱਲ ਪਾਏ ਕਿੱਥੇ ਚੱਲੀਏ ਇੱਕ ਮਿੰਟ ਮੇਰੀ ਗੱਲ ਤਾਂ ਸੁਣ ਲਓ ਬੇ ਜਾਗਰਾ ਕੀ ਕਹਿੰਦਾ ਤੈਨੂੰ ਇਹ ਰੈਣ ਮਰਵਾਉਗੀ ਮੇਰੇ ਪੁੱਤ ਨੂੰ ਇਹ ਕੀ ਕਹਿ ਰਿਹਾ ਉਹਨੇ ਕੁੱਤੀਆਂ ਦੀ ਨਹੀਂ ਇਹ ਦੱਸ ਪਹਿਲਾਂ ਮੈਨੂੰ ਜਬਾਨ ਚੱਲਦੀ ਆ ਕੰਚੀ ਵਾਂਗੂ ਕਿਸੇ ਕੰਜਰ ਨੇ ਬੋਲਣੇ ਨੀ ਸੀ ਰੱਖਣੀ ਦਿੱਤਾ ਹੈਗਾ ਕੋਈ ਜੇ ਜੀ ਕੋਕੋ ਕੋਈ ਕੋਕੋ ਦੇ ਬੱਚੇ ਮਾਰੀ ਸਾ ਕੰਜਰਾਂ ਨੇ ਮੇਰੇ ਬੱਚੇ ਮੂਰੇ ਇਹ ਮੰਮੀ ਜੀ ਖਬਰਦਾਰ ਜੀ ਮੇਰੇ ਘਰ ਦੇ ਨੂੰ ਮਾੜਾ ਚੰਗਾ ਬੋਲਿਆ ਤਾਂ ਜੇ ਜਿਹੜਾ ਕਿ ਜੱਜ ਲੱਗਿਆ ਹੋਇਆ ਵੀ ਮੇਰੇ ਤੇ ਕੇਸ ਕਰ ਦੂਗਾ ਮੈਂ ਤੇ ਨਾ ਬੋਲਣ ਦੇ ਸਾਰਾ ਡਾਇਲੌਗ ਬੋਲਣ ਦਿਓ ਪਹਿਲਾਂ ਨਾਲੇ ਦੂਜੀ ਗੱਲ ਇਹ ਨਹੀਂ ਕਰਦੇ ਨੇ ਮੇਰੇ ਨੂੰ ਕੁਝ ਨਹੀਂ ਗਿਆ ਹੈਗਾ ਇਹ ਆਏਗਾ ਉਹ ਗਲੈਂਡ ਤੁਸੀਂ ਬੋਲਿਆ ਵੀ ਘਰ ਦੇ ਨੇ ਕਿੱਥੋਂ ਬੇੜਾ ਬੈਜੇ ਇਹਨਾਂ ਦੇ ਘਰ ਦੇ ਨਾ ਹਾਂ ਜਿਹਨੇ ਚੱਕੇ ਮੇਰੇ ਬੱਚੇ ਮੈਂ ਜਿਹਨੇ ਚੱਕੇ ਠੀਕ ਹੈ ਦੁਬਾਰੇ ਗੱਲ ਹੁਣ ਠੀਕ ਹੈ